ਜਦ ਭਗਤ ਮੈਨੂੰ ਮਿਲਿਆ ਉਹਦੀਆਂ ਅੱਖਾਂ ਵਿੱਚ ਚਮਕ ਅਤੇ ਅੱਥਰੂ ਦੋਵੇਂ ਸਨ। ਉਹਨੇ ਮੇਰੇ ਪੈਰਾਂ ਨੂੰ ਹੱਥ ਲਾਇਆ ਅਤੇ ਉੱਠ ਕੇ ਕਿਹਾ, ਬੜੇ ਅਰਸੇ ਤੋਂ ਤੁਹਾਨੂੰ ਮਿਲਣ ਦੀ ਤਮੰਨਾ ਸੀ ਭਾਈ ਸਾਹਿਬ ਜੀ। ਤੁਹਾਡੀ ਦਲੇਰੀ ਨੇ ਮੇਰੇ ਅੱਗੇ ਕਈ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ। ਮੈਨੂੰ ਵੀ ਇਸ ਘੜੀ ਦੇ ਚਿਰ ਤੋਂ ਉਡੀਕ ਸੀ ਭਗਤ। ਧੰਨਵਾਦ ਬਾਬਾ ਜੀ, ਆਓ ਚੱਲੀਏ। ਅਤੇ ਅੱਗੇ ਲਿਖ, ਭਗਤ ਨੇ ਮੈਨੂੰ ਕਿਹਾ ਕਿ ਉਹਨੂੰ ਦਬਾਅ ਅਤੇ ਮਜਬੂਰੀ 'ਚ ਕੇਸ ਕਤਲ ਕਰਨੇ ਪਏ ਸਨ, ਕਿਉਂਕਿ ਹਿੰਦੂ ਅਖਬਾਰ ਸਿੱਖਾਂ ਬਾਰੇ ਨਹੀਂ ਸੀ ਲਿਖਦੇ ਅਤੇ ਉਸਨੇ ਆਪਣੇ ਹਿੰਦੂ ਕ੍ਰਾਂਤੀਕਾਰੀ ਦੋਸਤਾਂ ਦੇ ਬਹਿਕਾਵੇ 'ਚ ਆ ਕੇ ਕੇਸ ਕਤਲ ਕਰਵਾ ਦਿੱਤੇ। ਪਰ ਉਹਨੂੰ ਇਸ ਗੱਲ ਦਾ ਬਹੁਤ ਪਛਤਾਵਾ ਸੀ ਅਤੇ ਮੈਂ ਉਹਨੂੰ ਕਿਹਾ, ਚੰਗਾ ਹੋਇਆ ਤੂੰ ਸਿੱਖੀ ਸਰੂਪ ਧਾਰ ਲਿਆ। ਭਾਈ ਸਾਹਿਬ ਜੀ, ਦਰਅਸਲ ਮੈਂ ਸਿੱਖੀ ਲਈ ਕੇਸ ਨਹੀਂ ਵਧਾਏ, ਇਹ ਤਾਂ ਮੇਰੀ ਬੇਪਰਵਾਹੀ ਕਹਿ ਲਓ ਜਾਂ ਦਿਲ ਦੀ ਰੀਝ ਕਿ ਮੈਂ ਵਾਲ ਕਟਵਾ ਹੀ ਨਹੀਂ ਰਿਹਾ। ਇਸ ਪਿੱਛੇ ਕੋਈ ਧਾਰਮਿਕ ਸੋਚ ਨਹੀਂ ਹੈ, ਕਿਉਂਕਿ ਮੈਂ ਇੱਕ ਨਾਸਤਕ ਹਾਂ। ਮੈਂ ਰੱਬ ਨੂੰ ਮੰਨਣਾ ਬਹੁਤ ਦੇਰ ਪਹਿਲਾਂ ਹੀ ਛੱਡਤਾ ਸੀ। ਕੀ ਮਤਲਬ ਹੈ ਤੇਰਾ? ਭਾਈ ਸਾਹਿਬ ਜੀ, ਤੁਸੀਂ ਸ਼ਾਇਦ ਰੋਮ ਦੇ ਰਾਜੇ ਨੀਰੋ ਬਾਰੇ ਸੁਣਿਆ ਹੋਵੇ। ਉਸ ਹਜ਼ਾਰਾਂ ਘਰ ਸਿਰਫ ਇਸ ਕਰਕੇ ਸਾੜ ਦਿੱਤੇ ਸਨ ਕਿਉਂਕਿ ਸੜਦੇ ਹੋਏ ਘਰ ਦੇਖ ਕੇ ਉਸਨੂੰ ਮਜ਼ਾ ਆਉਂਦਾ ਸੀ। ਇਹ ਦੁਨੀਆ ਮੈਨੂੰ ਉਹ ਘਰ ਅਤੇ ਤੁਹਾਡਾ ਰੱਬ ਨੀਰੋ ਲੱਗਦਾ ਹੈ। ਕੋਈ ਵੀ ਅਕਲਮੰਦ ਇਨਸਾਨ ਨੀਰੋ ਨੂੰ ਨਹੀਂ ਪੂਜ ਸਕਦਾ। ਲੱਖਾਂ ਅਤੇ ਕਰੋੜਾਂ ਸੜ ਰਹੇ ਘਰਾਂ ਨੂੰ ਦੇਖ ਕੇ ਮੈਂ ਉਸ ਸਰਬ ਸ਼ਕਤੀਮਾਨ ਨੂੰ ਕਿਵੇਂ ਪੂਜ ਸਕਦਾ? ਇਹ ਗੱਲ ਤੂੰ ਨਹੀਂ, ਤੇਰਾ ਅਹੰਕਾਰ ਬੋਲ ਰਿਹਾ ਭਗਤ। ਤੈਨੂੰ ਸਾਂਡਰਸ ਦੇ ਕਤਲ ਕੇਸ ਨੇ ਬਹੁਤ ਜਲਦੀ ਮਸ਼ਹੂਰ ਕਰ ਦਿੱਤਾ ਅਤੇ ਇਹ ਮਸ਼ਹੂਰੀ ਤੇਰੇ ਸਿਰ 'ਤੇ ਚੜ੍ਹ ਚੁੱਕੀ ਹੈ ਅਤੇ ਤੂੰ ਅਹੰਕਾਰ ਦੇ ਵਿੱਚ ਮੈਨੂੰ ਪਾਗਲ ਹੋ ਗਿਆ ਲੱਗਦਾ। ਭਾਈ ਸਾਹਿਬ ਜੀ, ਮੈਂ ਤੁਹਾਡੀ ਦਲੇਰੀ ਦੀ ਬਹੁਤ ਕਦਰ ਕਰਦਾ, ਪਰ ਤੁਹਾਡੀ ਸੋਚ ਅਤੇ ਮੇਰੀ ਸੋਚ ਕਾਫੀ ਅਲੱਗ ਹੈ। ਭਗਤ ਨੇ ਮੈਨੂੰ ਦੱਸਿਆ ਕਿ ਦਰਅਸਲ ਸਾਂਡਰਸ ਦਾ ਕਤਲ ਉਹਨੇ ਨਹੀਂ ਸੀ ਕੀਤਾ, ਪਰ ਕਿਉਂਕਿ ਉਹਦੇ ਕਤਲ ਕੇਸ ਨੇ ਭਗਤ ਨੂੰ ਰਾਤੋ ਰਾਤ ਬਹੁਤ ਮਸ਼ਹੂਰ ਕਰ ਦਿੱਤਾ ਸੀ, ਇਸ ਲਈ ਭਗਤ ਨੇ ਉਹਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ। ਜਦ ਉਹਨੇ ਇਹ ਗੱਲ ਮੈਨੂੰ ਕਹੀ ਤਾਂ ਮੈਂ ਉਹਨੂੰ ਸਮਝਾਇਆ ਕਿ ਇਹ ਸਾਡੇ ਗੁਰੂਆਂ ਦੀ ਸਿੱਖਿਆ ਦੇ ਖਿਲਾਫ ਹੈ, ਇਹ ਝੂਠੀ ਪ੍ਰਸ਼ੰਸਾ ਅਤੇ ਵਾਹ ਵਾਹੀ ਲਾਨਤ ਤੋਂ ਘੱਟ ਨਹੀਂ। ਇਹ ਸਭ ਸੁਣ ਕੇ ਭਗਤ ਰੋਣ ਲੱਗ ਪਿਆ ਅਤੇ ਮਾਫ਼ੀ ਮੰਗਣ ਲੱਗਾ। ਕਹਿਣ ਲੱਗਾ ਕਿ ਮੈਂ ਇੱਕ ਸੱਚਾ ਗੁਰਸਿੱਖ ਬਣ ਕੇ ਮਰਨਾ ਚਾਹੁੰਦਾ ਸੀ, ਅੱਜ ਤੁਹਾਡੇ ਆਸ਼ੀਰਵਾਦ ਨਾਲ ਮੇਰੀ ਉਹ ਆਸ ਵੀ ਪੂਰੀ ਹੋ ਗਈ ਹੈ। ਮੇਰੀ ਸੋਚ ਅਟਲ ਹੈ ਭਾਈ ਸਾਹਿਬ ਜੀ, ਜਦ ਤੱਕ ਕੋਈ ਤਰਕ ਦੇ ਨਾਲ ਮੈਨੂੰ ਗਲਤ ਸਾਬਤ ਨਹੀਂ ਕਰ ਦਿੰਦਾ ਮੈਂ ਨਾਸਤਕ ਹੀ ਰਹਾਂਗਾ। ਫਾਂਸੀ ਵਾਲੇ ਦਿਨ ਤੇਰੀ ਇਹ ਅਟਲਤਾ ਇੱਕ ਪਲ ਦੇ ਵਿੱਚ ਚੂਰ ਹੋ ਜਾਏਗੀ ਅਤੇ ਸਭ ਤੋਂ ਪਹਿਲਾਂ ਤੈਨੂੰ ਫੰਦਾ ਦੇਖ ਕੇ ਰੱਬ ਹੀ ਯਾਦ ਆਏਗਾ ਭਗਤ। ਮੈਂ ਇੰਨਾ ਵੀ ਕਮਜ਼ੋਰ ਨਹੀਂ ਭਾਈ ਸਾਹਿਬ ਜੀ ਕਿ ਮੌਤ ਦੇ ਖੌਫ ਤੋਂ ਮੈਂ ਆਪਣੀ ਸੋਚ ਬਦਲ ਲਵਾਂ। ਇੱਕ ਨੀਰੋ ਤੋਂ ਵੀ ਦਰਿੰਦਾ ਸ਼ਕਤੀ ਨੂੰ ਮੈਂ ਆਪਣਾ ਸਹਾਰਾ ਬਣਾ ਲਵਾਂ। ਮੈਂ ਹੱਸ ਹੱਸ ਕੇ ਆਪਦੀ ਨਾਸਤਿਕ ਸੋਚ ਦੇ ਨਾਲ ਮਰ ਜਾਊਂਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕ ਰੱਬ ਦੇ ਬਣਾਏ ਹੋਏ ਦੁਨਿਆਵੀ ਸੁੱਖਾਂ ਜਾਂ ਸਵਰਗਾਂ ਦੇ ਲਾਲਚ ਕਰਕੇ ਨਹੀਂ ਬਲਕਿ ਇੱਕ ਦੂਜੇ ਦੀ ਭਲਾਈ ਦੇ ਲਈ ਇਸ ਜੰਗ ਵਿੱਚ ਸ਼ਾਮਿਲ ਹੋਣ। ਭਾਈ ਰਣਧੀਰ ਸਿੰਘ ਨੇ ਆਪਣੀ ਜੀਵਨੀ ਦੇ 25ਵੇਂ ਚੈਪਟਰ ਦੇ ਵਿੱਚ ਇਹ ਲਿਖਿਆ ਕਿ ਇਸ ਮੁਲਾਕਾਤ ਤੋਂ ਬਾਅਦ ਭਗਤ ਸਿੰਘ ਨੇ ਸਿੱਖੀ ਸਵਰੂਪ ਧਾਰ ਲਿਆ ਸੀ, ਪਰ ਇਹ ਮੰਨਿਆ ਜਾਂਦਾ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਹੀ ਭਗਤ ਸਿੰਘ ਨੇ ਮੈਂ ਨਾਸਤਿਕ ਕਿਉਂ ਹਾਂ ਲਿਖਿਆ।